ਅੱਜ ਵੀਡੀਓ ਤੁਹਾਡਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਅਸਲਾਮ ਵਾਲੇਕੁਮ ਗ੍ਰੀਨਸ ਆਫ ਦਾ ਡੇ ਵੈਲਕਮ ਬੈਕ ਟੂ ਯੋਰ ਓਨ YouTube ਚੈਨਲ ਦੀ ਪ੍ਰੋਫੈਸਰ ਐਕਸਪਲੋਰਸ ਤੇ ਲੈਟਸ ਐਕਸਪਲੋਰ ਲੁਧਿਆਣਾ ਦੀ ਸੀਰੀਜ਼ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਚੱਲਾਂਗੇ ਪੱਖੋਵਾਲ ਦਵਾਈ ਲੈਣ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਘਰ ਅੱਜ 26 ਜਨਵਰੀ ਦਾ ਦਿਨ ਹੈ ਭਾਰਤ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਭਾਰਤ ਵਿੱਚ ਤੇ ਭਾਰਤ ਨੂੰ ਅੱਜ ਦੇ ਦਿਨ ਦਾ ਸੰਵਿਧਾਨ ਮਿਲਿਆ ਸੀ ਤੇ ਭਾਰਤ ਨੂੰ ਆਪਣਾ ਸੰਵਿਧਾਨ ਆਪਣੇ ਉੱਪਰ ਲਾਗੂ ਕਰਨ ਲਈ ਤੇ ਆਪਣੇ ਆਪ ਨੂੰ ਸਵਰਨ ਕਹਿਣ ਲਈ ਇਹਨਾਂ ਸ਼ਹੀਦਾਂ ਨੇ ਆਪਣਾ ਰੱਤ ਡੋਲਿਆ ਸੀ ਤੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਆਪਾਂ ਘਰ ਚੱਲਾਂਗੇ ਜਿਨ੍ਹਾਂ ਨੇ 19 ਸਾਲ ਦੀ ਉਮਰ ਦੇ ਵਿੱਚ ਹੀ ਵੱਡੇ ਪੂਰਨੇ ਪਾਏ ਤੇ ਚਲੋ ਸਾਡੇ ਨਾਲ ਬਣੇ ਰਹੋ ਉਹਨਾਂ ਦੇ ਜੱਦੀ ਘਰ ਚੱਲਦੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਵਾਲ ਲੜਕੀਆਂ ਇਹਦੇ ਨਾਲ ਖੱਬੇ ਹੱਥ ਮੁੜ ਕੇ ਸੱਜੇ ਹੱਥ ਗਲੀ ਜਾਂਦੀ ਹੈ ਡਿਸਪੈਂਸਰੀ ਨੂੰ ਗਲੀ ਮੁੜ ਕੇ ਤੇ ਦੋ ਫਰਲਾਂਗਾਂ ਗਾਂਹ ਆ ਕੇ ਸੋਹਣੀ ਸਫੈਦੀ ਕੀਤੇ ਹੋਏ ਤੇ ਰੰਗਲੇ ਡਿਜ਼ਾਈਨ ਪਾਈਆਂ ਹੋਈਆਂ ਅੰਗਰੇਜ਼ਾਂ ਦੇ ਵੇਲੇ ਦੀਆਂ ਇਹ ਦੋ ਹਵੇਲੀਆਂ ਸਵਾਗਤ ਕਰਦੀਆਂ ਸੱਜੇ ਖੱਬੇ ਇਹ ਆਈ ਡਿਸਪੈਂਸਰੀ ਦੀ ਪੱਖੋਵਾਲ ਡਿਸਪੈਂਸਰੀ ਜਿੱਥੇ ਫ੍ਰੀ ਅੱਖਾਂ ਦੇ ਆਪਰੇਸ਼ਨ ਕੀਤੇ ਜਾਂਦੇ ਆ ਆ ਨੰਬਰ ਨੋਟ ਕਰ ਲਿਓ ਇਹਨਾਂ ਦੇ ਇੱਥੇ ਤੁਸੀਂ ਸੰਪਰਕ ਕਰਕੇ ਪੁੱਛ ਸਕਦੇ ਹੋ ਵੀ ਅੱਖਾਂ ਦੇ ਫ੍ਰੀ ਆਪਰੇਸ਼ਨ ਕਿਵੇਂ ਕੀਤੇ ਜਾਂਦੇ ਆ ਤੇ ਕਦੋਂ ਕੀਤੇ ਜਾਂਦੇ ਆ ਆਪਾਂ ਜਿਹੜੀ ਦਵਾਈ ਲੈਣੀ ਹੈ ਜੀ ਆਪਾਂ ਦਵਾਈ ਲੈਣੀ ਆ ਡਾਕਟਰ ਸਚਿਨ ਕੁਮਾਰ ਜੀ ਕੋਲੋਂ ਹੋਮਿਓਪੈਥਿਕ ਫਿਜ਼ੀਸ਼ੀਅਨ ਨੇ ਆ ਸਮਾਂ ਇਹਨਾਂ ਦਾ ਬੈਠਣ ਦਾ ਦਵਾਈਆਂ ਲੈ ਲਈਆਂ ਆਪਾਂ ਸੂਰਜ ਦੇਵਤਾ ਜੀ ਵੀ ਪ੍ਰਗਟ ਹੋ ਗਏ ਤੇ ਬਹੁਤ ਸੋਹਣਾ ਦਿਨ ਚੜ੍ਹ ਗਿਆ ਹੁਣ ਆਪਾਂ ਚੱਲਾਂਗੇ ਕਰਤਾਰ ਸਿੰਘ ਸਰਾਭਾ ਜੀ ਦੇ ਘਰ ਪਿੰਡ ਦੇ ਵਿੱਚ ਆਉਂਦੇ ਹੋ ਤਾਂ ਰਾਹ ਰਾਹ ਦੇ ਵਿੱਚ ਹਰ ਚੌਂਕ 'ਚ ਤੁਹਾਨੂੰ ਜੱਦੀ ਘਰ ਲਿਖੇ ਹੋਏ ਜਿਹੜੇ ਬੈਨਰ ਨੇ ਤੇ ਕੰਧਾਂ ਤੇ ਉੱਕਰੇ ਅੱਖਰ ਮਿਲ ਜਾਣਗੇ ਸਰਾਭਾ ਪਿੰਡ ਦੇ ਲੋਕ ਬਾਬਾ ਜੀ ਕਹਿ ਕੇ ਸੱਦਦੇ ਆ ਤੇ ਕਿਸੇ ਨੂੰ ਜੇ ਤੁਸੀਂ ਪੁੱਛਣਾ ਤਾਂ ਆ ਕੇ ਤੁਸੀਂ ਪੁੱਛਿਓ ਵੀ ਬਾਬਾ ਜੀ ਦਾ ਘਰ ਕਿੱਥੇ ਆ ਤਾਂ ਉਹ ਬਾਬਾ ਜੀ ਦੇ ਘਰ ਤੁਹਾਨੂੰ ਜੱਦੀ ਘਰ ਦੱਸ ਦੇਣਗੇ ਘਰ ਦੇ ਅੰਦਰ ਕਾਰਪੇਟਿੰਗ ਹੋਈ ਹੋਈ ਆ ਤਾਂ ਕਿਉਂਕਿ ਸਾਡੇ ਸ਼ਹੀਦਾਂ ਦਾ ਘਰ ਆ ਇਹ ਅੰਦਰ ਜੁੱਤੇ ਲੈ ਕੇ ਜਾਣਾ ਮਨਾ ਆ ਤਾਂ ਜੁੜੇ ਬਾਹਰ ਹੀ ਉਤਾਰ ਦਿੱਤੇ ਜਾਂਦੇ ਨੇ ਇਹ ਆ ਘਰ ਦਾ ਮੁੱਖ ਦੁਆਰ ਜਿਹਦੀ ਦੇਖ ਦੇਖਿਆ ਹੀ ਬਣਦੀ ਹੈ ਇਸ ਘਰ ਦੀ ਦੇਖ ਰੇਖ ਕਾਫੀ ਸਮਿਆਂ ਤੱਕ ਤਾਂ ਪਿੰਡ ਦੇ ਲੋਕਾਂ ਨੇ ਕੀਤੀ ਉਸ ਤੋਂ ਬਾਅਦ ਭਾਰਤੀ ਸਰਕਾਰ ਨੇ ਇਹਨੂੰ ਨੈਸ਼ਨਲ ਹੈਰੀਟੇਜ ਦਾ ਦਰਜਾ ਦਿੱਤਾ 24 ਮਈ 1986 ਨੂੰ ਜਨਮ ਹੋਏ ਬਾਬਾ ਜੀ ਦਾ ਤੇ 16 ਨਵੰਬਰ 1915 ਦੇ ਵਿੱਚ ਆਪ ਜੀ ਸ਼ਹੀਦੀ ਪਾ ਗਏ ਇਹ ਸਾਰਾ ਇਤਿਹਾਸ ਹੈ ਇਹਨੂੰ ਪੌਜ਼ ਕਰਕੇ ਤੁਸੀਂ ਪੜ੍ਹ ਸਕਦੇ ਆ ਅੱਜ ਦੇ ਦਿਹਾੜੇ ਨੂੰ ਅਸੀਂ ਸਮਰਪਿਤ ਕੀਤਾ ਬਾਬਾ ਜੀ ਨੂੰ ਕਿਉਂਕਿ 26 ਨਵੰਬਰ ਗਣਤੰਤਰ ਦਿਵਸ ਜੇ ਮਨਾ ਰਹੇ ਹਾਂ ਤੇ ਇਹਨਾਂ ਸ਼ਹੀਦਾਂ ਸਦਕਾ ਹੀ ਮਨਾ ਰਹੇ ਹਾਂ ਘਰ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਲਗਾਏ ਗਏ ਕਰਮਚਾਰੀ ਤੇ ਇੱਥੇ ਐਂਟਰੀ ਪੈ ਜਾਂਦੀ ਹੈ ਇੱਥੋਂ ਸਵਾਗਤ ਹੁੰਦਾ ਆ ਨਲਕਾ ਲੱਗਿਆ ਹੋਇਆ ਉਹਨਾਂ ਵੇਲਿਆਂ ਦਾ ਤੇ ਇਹ ਬੈਠਕ ਦੇ ਰੂਪ ਦੇ ਵਿੱਚ ਕਹਿ ਲਓ ਜਾਂ ਡਿਉੜੀ ਦੇ ਰੂਪ ਵਿੱਚ ਕਹਿ ਲਓ ਕਮਰਾ ਆ ਇਸ ਤਰ੍ਹਾਂ ਦੀਆਂ ਇਹਦੀਆਂ ਛੱਤਾਂ ਨੇ ਪੇਟੀ ਵਾਲੀਆਂ ਲੱਕੜ ਪੇਟੀ ਵਾਲੀਆਂ ਸਾਰੀਆਂ ਹੀ ਜਿਵੇਂ ਡਿਸਪੈਂਸਰੀ ਤੁਹਾਨੂੰ ਦਿਖਾਇਆ ਸੀ ਇਹ ਹਾਂਜੀ ਬਾਬਾ ਠੀਕ ਹੈ ਜੀ ਤੇ ਇਹ ਸਾਰਾ ਜਿਹੜਾ ਆ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਤੇ ਉਸ ਟਾਈਮ ਸਰਦਾਰਾਂ ਦੇ ਘਰ ਭਾਵ ਅਮੀਰਾਂ ਦੇ ਘਰ ਇਦਾਂ ਦੇ ਹੋਇਆ ਕਰਦੇ ਸੀ ਗੋਤ ਬਾਬਾ ਜੀ ਦੀ ਗਰੇਵਾਲ ਤੇ ਇਹ ਬਾਬਾ ਜੀ ਦੀ ਮੂਰਤੀ ਜਿਹੜੀ ਸਵਾਗਤ ਕਰਦੀ ਆ ਤੁਹਾਡੀ ਪੀੜ੍ਹੀ ਦਾ ਇਸ ਘਰ ਦੇ ਵਿੱਚ ਇਹ ਇੱਕ ਮੁੱਖ ਕਮਰਾ ਹੈ ਮੁੱਖ ਕਮਰੇ ਦੇ ਵਿੱਚ ਬਣੀ ਹੋਈ ਫਾਇਰਪਲੇਸ ਸਰਦੀਆਂ ਦੇ ਵਿੱਚ ਅੱਗ ਉੱਗ ਬਾਲ ਕੇ ਤੇ ਨਿੱਘਾ ਕਰਨ ਲਈ ਕਮਰੇ ਨੂੰ ਜਗ੍ਹਾ ਬਣੀ ਹੋਈ ਹੈ ਇਦੂ ਬਾਅਦ ਜੇ ਗਾਹਾਂ ਦੇਖੀਏ ਤਾਂ ਰੋਸ਼ਨੀ ਦੇ ਲਈ ਤੇ ਹਵਾ ਨਿਕਲਣ ਦੇ ਲਈ ਉੱਪਰ ਇਹ ਬਣਾਏ ਹੋਏ ਨੇ ਰੋਸ਼ਨਦਾਨ ਇਹ ਪੁਰਾਣੇ ਬਣੇ ਹੋਏ ਨੇ
ਤਾਂ ਕਿ ਜੇ ਦਿਨ ਦਾ ਸਮਾਂ ਤਾਂ ਰੋਸ਼ਨੀ ਜਿਹੜੀ ਆ ਭਰਪੂਰ ਆਉਂਦੀ ਰਹੇ। ਇਦੂ ਗਾਹਾਂ ਜੇ ਚੱਲੀਏ ਤਾਂ ਫਾਇਰ ਪਲੇਸ ਤੁਹਾਨੂੰ ਦਿਖਾਤੀ ਤੇ ਇੱਕ ਕਮਰਾ ਹੋਰ ਹੈ ਇੱਧਰ ਨੂੰ ਸੱਜੇ ਪਾਸੇ ਨੂੰ। ਇਹ ਜਿਹੜਾ ਕਮਰਾ ਆ ਇਹਦਾ ਦਰਵਾਜ਼ਾ 6 ਫੁੱਟ ਤੋਂ ਉੱਪਰ ਆ ਤੇ ਦਰਵਾਜ਼ੇ ਦੇ ਉੱਪਰ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ। ਇਹ ਸਾਰੇ ਡਿਜ਼ਾਈਨਾਂ ਜਾਂ ਕਲਾਕਾਰੀਆਂ ਦਾ ਉਸ ਵੇਲਿਆਂ ਨਾਲ ਬਹੁਤ ਗੂੜਾ ਸੰਬੰਧ ਹੋਇਆ ਕਰਦਾ ਸੀ। ਬਾਬਾ ਜੀ ਦੇ ਨਾਲ ਸੰਬੰਧਿਤ ਕੁਛ ਸਮਾਨ ਜਿਹੜਾ ਇੱਥੇ ਪਿਆ ਜਿਵੇਂ ਕਿ ਇਹ ਸੰਦੂਕੜੀ ਤੇ ਇਹ ਪਲੰਘ, ਇਹ ਬਾਬਾ ਜੀ ਨਾਲ ਸੰਬੰਧਿਤ ਦੱਸਿਆ ਜਾਂਦਾ। ਬਾਬਾ ਜੀ ਆਪਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕਹਿ ਰਹੇ ਹਾਂ ਜਿਨ੍ਹਾਂ ਨੇ ਸਾਡੇ ਅੱਜ ਲਈ ਆਪਣਾ ਭਵਿੱਖ ਨਿਛਾਵਰ ਕੀਤਾ ਸੀ। ਇਹ ਸੰਦੂਕੜੀ ਆ ਬਾਬਾ ਜੀ ਦੀ, ਇਹ ਪੁਰਾਣਾ ਹੀ ਸਮਾਨ ਜਿਹੜਾ ਪਿਆ ਆ ਤੇ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਰੈਸਟ ਚੇਅਰ ਹੈ। ਇਹ ਸ਼ਹੀਦਾਂ ਦੀਆਂ ਨਿਸ਼ਾਨੀਆਂ ਨੇ ਤੇ ਇਹ ਕਮਰੇ ਦੇ ਜੇ ਗੇਟ ਦੀ ਚੌੜਾਈ ਲਾਈਏ ਤਾਂ ਲਗਭਗ 5 ਫੁੱਟ ਚੌੜਾਈ ਆ ਇਸ ਕਮਰੇ ਦੇ ਗੇਟ ਦੀ। ਇਦੂ ਅੱਗੇ ਜਾਂਦੇ ਹਾਂ ਤਾਂ ਸਾਹਮਣੇ ਜਿਹੜਾ ਕਮਰਾ ਆ ਗਿਆ, ਆਹ ਜਿਹੜਾ ਦਰਵਾਜ਼ਾ ਆ ਗਿਆ, ਇਹ ਮੇਨ ਦਰਵਾਜ਼ਾ 5 ਫੁੱਟ ਚੌੜੇ ਪੱਲੇ ਦਾ, ਇਹ ਕੁੰਡਾ ਲਾਇਆ ਹੋਇਆ ਬਾਲੀ ਦਾ। ਇਧਰੋਂ ਪੌੜੀਆਂ ਚੜ੍ਹਦੀਆਂ ਨੇ, ਉੱਪਰ ਦਾ ਵੀ ਤੁਹਾਨੂੰ ਦਿਖਾਵਾਂਗੇ, ਉੱਪਰ ਬਹੁਤ ਸੋਹਣਾ ਬਣਿਆ ਹੋਇਆ ਉਸੇ ਸਮੇਂ ਦਾ, ਤੇ ਉਦੋਂ ਬਾਅਦ ਇਹ ਨਾਲ ਵਾਲੇ ਕਮਰੇ ਚ ਆ ਜਾਂਦਾ। ਇਹ ਕੁਛ ਸਮਾਨ ਹੋਰ ਪਿਆ ਤੇ ਇੱਧਰ ਪਲੰਘ ਜੀ, ਇਹ ਕਹਿ ਲਓ ਵੀ ਇਹ ਪਰਸਨਲ ਬੈਡਰੂਮ ਹੈ, ਇਹ ਪਲੰਘ ਉਸ ਸਮੇਂ ਦਾ ਹੀ ਹੈ ਤੇ ਇੱਥੇ ਲੋਕਾਂ ਨੇ ਪਿਆਰ ਤੇ ਸਤਿਕਾਰ ਵਜੋਂ ਤਸਵੀਰਾਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਨੇ। ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਤਸਵੀਰ ਤੇ ਇੱਥੇ ਤਸਵੀਰ ਅੱਗੇ ਧੂਫ ਬੱਤੀ ਕੀਤੀ ਹੋਈ ਆ। ਤੁਹਾਨੂੰ ਦੱਸਿਆ ਹੀ ਆ ਵੀ ਪਿੰਡ ਦੇ ਲੋਕ ਬਾਬਾ ਜੀ ਕਹਿੰਦੇ ਸੀ, ਹੁਣ ਵੀ ਮਤਲਬ ਕਹਿੰਦੇ ਨੇ। ਤੇ ਇਹ ਕਮਰਾ ਵੀ ਇਸੇ ਤਰ੍ਹਾਂ ਹੀ ਆ, ਇਹ ਕਮਰੇ ਦੀ ਛੱਤ ਉਸੇ ਤਰ੍ਹਾਂ ਬਣੀ ਹੋਈ ਛੱਤ ਆ ਇਹ। ਤੇ ਜੇਕਰ ਇੱਥੋਂ ਕਮਰੇ ਚੋਂ ਘੁੰਮ ਕੇ ਆਪਾਂ ਮੁੱਖ ਦੁਆਰ ਦੇਖੀਏ ਕਮਰੇ ਦਾ, ਤਾਂ ਕਮਰੇ ਦਾ ਜਿਹੜਾ ਮੇਨ ਗੇਟ ਆ ਉਹ ਦੋਹੇ ਮੇਨ ਗੇਟ ਇੱਕੋ ਸਮਾਨ ਹੀ ਨੇ। ਇਹ ਕਮਰੇ ਦਾ ਦਰਵਾਜ਼ਾ ਆ ਗਿਆ, ਇਹਦੇ ਸਾਹਮਣੇ ਵੀ ਦਰਵਾਜ਼ਾ ਬਣਿਆ ਹੋਇਆ ਜੇ ਤੁਸੀਂ ਸਿੱਧਾ ਬੀਹੀ ਨੂੰ ਨਿਕਲਣਾ, ਗਲੀ ਚ ਨਿਕਲਣਾ ਬਾਹਰ। ਇਹ ਚੱਕੀ ਪਈ ਆ ਉਰੇ ਤੇ ਨਾਨਕੀ ਜਿਹੜੀ ਆ ਉਹ ਦੇਖ ਰਹੀ ਆ ਵੀ ਚੱਲਣੀ ਕਿੱਦਾਂ ਆ। ਨਾਨਕੀ ਨੂੰ ਕਾਫੀ ਕਰਿਓਸਿਟੀ ਹੁੰਦੀ ਆ ਇਹਨਾਂ ਚੀਜ਼ਾਂ ਦੀ ਤੇ ਦੱਸਣੀ ਵੀ ਚਾਹੀਦੀਆਂ ਨੇ ਇਹ ਚੀਜ਼ਾਂ। ਚੱਕੀ ਥੋੜੀ ਜਿਹੀ ਭਾਰੀ ਹੈ, ਮਾਤਾ ਜੀ ਦੀ ਉਮਰ ਵੀ ਹੋ ਗਈ ਤੇ ਕੁਛ ਐਕਸੀਡੈਂਟ ਤੋਂ ਬਾਅਦ ਮਾਤਾ ਜੀ ਨੂੰ ਥੋੜਾ ਔਖਿਆਈ ਆਉਂਦੀ ਹੈ। ਇਹ ਪੱਖੇ ਪੁੱਖੇ ਹੱਥ ਵਾਲੇ ਪਏ ਨੇ, ਇਹ ਇੱਕ ਖੁੰਡੀ ਰੱਖੀ ਹੋਈ ਹੈ, ਇਹ ਕੁਰਸੀ ਬਾਬਾ ਜੀ ਦੀ ਰੀਡਿੰਗ ਟੇਬਲ ਦੀ, ਤੇ ਇਹ ਵਾਲਾ ਰੀਡਿੰਗ ਟੇਬਲ ਇੱਥੇ ਕਿਤਾਬਾਂ ਵਗੈਰਾ ਜਿਹੜੀਆਂ ਨੇ ਕਮਿਊਨਿਸਟ ਲਿਟਰੇਚਰ ਜਿਹੜਾ ਉਹ ਰੱਖਿਆ ਹੋਇਆ ਤੇ ਗਦਰੀ ਬਾਬਿਆਂ ਦਾ ਵੀ ਲਿਟਰੇਚਰ ਜਿਹੜਾ ਮਾੜਾ ਮੋਟਾ ਰੱਖਿਆ ਹੋਇਆ ਉਰੇ। ਆਹ ਸਾਰੀਆਂ ਸ਼ਹੀਦਾਂ ਦੀਆਂ ਇਹਨਾਂ ਨੇ ਇੱਦਾਂ ਤਸਵੀਰਾਂ ਲਿਆ। ਆਹ ਜਿਹਨੂੰ ਨਾਨਕੀ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ, ਇਹ ਉਸ ਟਾਈਮ ਦਾ ਵੇਟ ਲਿਫਟਿੰਗ ਲਈ ਵੇਟ ਹੋਇਆ ਕਰਦਾ ਸੀ। ਹੁਣ ਆਪਾਂ ਤੁਹਾਨੂੰ ਉੱਤੇ ਲੈ ਕੇ ਚੱਲਦੇ ਹਾਂ ਫਟਾਫਟ ਪੌੜੀਆਂ ਤੋਂ ਉੱਪਰ। ਇਹ ਪੌੜੀਆਂ ਦੇ ਸਾਹਮਣੇ ਵੀ ਇੱਕ ਦਰਵਾਜ਼ਾ ਆ ਵੀ ਜੇ ਸਿੱਧਾ ਪੌੜੀਆਂ ਚੋਂ ਵੀ ਤੁਸੀਂ ਕਿਸੇ ਨੂੰ ਲੈ ਕੇ ਜਾਣਾ, ਤੇ ਪੌੜੀਆਂ ਜਿਹੜੀਆਂ ਨੇ ਸਿੱਧੀ ਚੜ੍ਹਾਈ ਆ ਪੌੜੀਆਂ ਦੀ, ਖੜੀਆਂ ਪੌੜੀਆਂ ਨੇ ਤੇ ਹਰੇਕ ਪੌੜੀ ਦੇ ਅੱਗੇ ਸੇਰੂ ਲਾਇਆ ਹੋਇਆ ਤਾਂ ਕਿ ਪੌੜੀ ਦੀ ਜਿਹੜੀ ਦਿੱਖ ਆ ਉਹ ਖਰਾਬ ਨਾ ਹੋਵੇ। ਥੋੜਾ ਜਿਹਾ ਹਨੇਰਾ ਆਉਂਦਾ ਇਹ ਪੌੜੀਆਂ ਤੋਂ ਬਾਹਰ ਜਾਣ ਦਾ ਰਸਤਾ, ਤੇ ਇੱਧਰ ਆ ਜਾਂਦਾ ਚੁਬਾਰੇ ਦੀ ਬੈਠਕ। ਇਹ ਆ ਜੀ ਚੁਬਾਰੇ ਦੀ ਬੈਠਕ। ਮੀਂਹ ਦਾ ਪਾਣੀ ਕੱਢਣ ਲਈ ਨਾਲੀ ਬਣੀ ਹੋਈ ਹੈ, ਇਹ ਨਾਲੀ ਮਗਰ ਕੋਠੇ ਤੋਂ ਆਉਂਦੀ ਹੈ ਤੇ ਇੱਧਰ ਨੂੰ ਬਾਹਰ ਪਨਾਲੇ ਹੇਠਾਂ ਚਲੀ ਜਾਂਦੀ ਹੈ।
ਇਦੋਂ ਗਾਹਾਂ ਜੇ ਆਪਾਂ ਦੇਖੀਏ ਤਾਂ ਇਸ ਬੈਠਕ ਚੋਂ ਦੂਸਰਾ ਦਰਵਾਜ਼ਾ ਨਿਕਲਦਾ ਜਿਹੜਾ ਇੱਕ ਹੋਰ ਕਮਰੇ ਵੱਲ ਪਹੁੰਚਦਾ ਤੇ ਸੇਮ ਹੇਠਾਂ ਵਾਂਗੂ ਇੱਥੇ ਵੀ ਆਹ ਫਾਇਰਪਲੇਸ ਬਣੀ ਹੋਈ ਹੈ ਚਿਮਨੀ ਜਿਹਦੇ ਚ ਅੱਗ ਲਾ ਕੇ ਤੁਸੀਂ ਕਮਰੇ ਨੂੰ ਗਰਮ ਰੱਖ ਸਕਦੇ ਹੋ ਆਲੇ ਬਣੇ ਹੋਏ ਨੇ ਹਵਾਦਾਰ ਰੋਸ਼ਨਦਾਨ ਬਣੇ ਹੋਏ ਨੇ ਤੇ ਬਾਰੀਆਂ ਜਿਹੜੀਆਂ ਸੜਕ ਨੂੰ ਖੁੱਲਦੀਆਂ ਨੇ ਗਦੈਲੇ ਰੱਖੇ ਹੋਏ ਨੇ ਇੱਥੇ ਜਿਹੜੇ ਸੇਵਾ ਸੰਭਾਲ ਕਰਦੇ ਆ ਉਹਨਾਂ ਦੇ ਬੈਠਣ ਉੱਠਣ ਲਈ ਪੈਣ ਲਈ ਨਾਨਕੀ ਵੀ ਆ ਗਈ ਕੋਈ ਨਾ ਮੰਮਾ ਵੀ ਆ ਜਾਂਦੇ ਆ ਤੇ ਆਹ ਦਰਵਾਜ਼ਾ ਜੀ ਜਿਹੜਾ ਮਗਰ ਛੱਤ ਨੂੰ ਖੁੱਲਦਾ ਇਸ ਕਮਰੇ ਦਾ ਦਰਵਾਜ਼ਾ ਖੋਲਦਿਆਂ ਸਾਰ ਜਦੋਂ ਬਾਹਰ ਨਿਕਲੀਦਾ ਤਾਂ ਆਹ ਦ੍ਰਿਸ਼ ਤੇ ਜਿਹੜੇ ਆ ਆਲੇ ਬਣੇ ਹੋਏ ਨੇ ਤੇ ਡਿਜ਼ਾਇਨ ਪਾਇਆ ਹੋਇਆ ਇਹਦੇ ਤੋਂ ਐ ਲੱਗਦਾ ਜਿਵੇਂ ਇੱਧਰ ਵੀ ਕੋਈ ਇਮਾਰਤ ਪਹਿਲਾਂ ਹੁੰਦੀ ਹੋਊਗੀ ਜ਼ਰੂਰ ਬਾਕੀ ਘਰ ਤਾਂ ਨਵੇਂ ਬਣ ਚੁੱਕੇ ਨੇ ਸਾਰੇ ਪਰ ਇਹ ਘਰ ਕਿਉਂਕਿ ਸ਼ਹੀਦ ਬਾਬਾ ਕਰਤਾਰ ਸਿੰਘ ਜੀ ਦਾ ਸੀ ਇਸ ਲਈ ਇਹਨੂੰ ਇਸੇ ਤਰੀਕੇ ਨਾਲ ਹੀ ਰੱਖਿਆ ਗਿਆ ਸੁਰੱਖਿਅਤ ਕਰਕੇ ਤਾਂ ਜੋ ਸਮੇਂ ਦੀ ਮਾਰ ਜਿਹੜੀ ਆ ਇਹਦੇ ਤੇ ਨਾ ਪਵੇ ਨਾਲੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਲੱਗੇ ਵੀ ਕਿੰਨੀ ਅਮੀਰੀ ਸੀ ਉਹਨਾਂ ਕੋਲ ਪੈਸੇ ਦੀ ਵੀ ਤੇ ਜਿਗਰੇ ਦੀ ਵੀ ਆਪਾਂ ਤੁਹਾਨੂੰ ਬੈਲਕਨੀ ਦਿਖਾ ਦਈਏ ਇਸ ਘਰ ਦੀ ਇਹ ਬਾਲੀਆਂ ਛਤੀਰੀਆਂ ਤੇ ਖੜੀ ਹੈ ਤੇ ਇੱਥੋਂ ਪਿੰਡ ਦੀ ਦਾ ਆਹ ਬੈਲਕਨੀ ਦੇ ਗੇਟ ਤੇ ਬਾਰੀਆਂ ਨੇ ਉਹ ਹੇਠਾਂ ਆਪਾਂ ਗੱਡੀ ਠੱਲੀ ਆਪਣੀ ਤੇ ਉੱਪਰੋਂ ਆਹ ਗੁਰਦੁਆਰਾ ਸਾਹਿਬ ਜਿਹੜਾ ਪਿੰਡ ਦੀ ਸ਼ੋਭਾ ਵਧਾਉਂਦਾ ਤੇ ਸਾਰੇ ਪਿੰਡ ਦਾ ਨਜ਼ਾਰਾ ਦਿੰਦਾ ਇੱਥੋਂ ਇਹ ਆ ਜੀ ਜੱਦੀ ਪੁਸ਼ਤੈਨੀ ਘਰ ਤੇ ਜਿਵੇਂ ਤੁਸੀਂ ਸਾਰਾ ਘਰ ਦੇਖਿਆ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਸਰਦਾਰ ਹੋਰਾਂ ਦੀ ਉਦੋਂ ਟੌਰ ਕਿੰਨੀ ਸੀ ਤੇ ਕਿੰਨੀ ਅਮੀਰੀ ਸੀ ਉਹਨਾਂ ਦੇ ਪੱਲੇ ਇੱਕ ਅਮੀਰ ਤੇ ਪੜ੍ਹੇ ਲਿਖੇ ਪਰਿਵਾਰ ਚੋਂ ਹੁੰਦਿਆਂ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚੋਂ ਉਚੇਰੀ ਵਿੱਦਿਆ ਹਾਸਲ ਕੀਤੀ ਸੀ ਖਿਆਲਾਤ ਉਹਨਾਂ ਦੇ ਸ਼ੁਰੂ ਤੋਂ ਹੀ ਆਜ਼ਾਦ ਸੀ ਜੇ ਵਿੱਦਿਆ ਵੇਲੇ ਦੀ ਗੱਲ ਕਰੀਏ ਤਾਂ ਪ੍ਰੋਫੈਸਰਾਂ ਨਾਲ ਉਹਨਾਂ ਦੀ ਬਹੁਤ ਬਣਦੀ ਸੀ ਕਿਉਂਕਿ ਗਿਆਨ ਲੈਣ ਦਾ ਬਹੁਤ ਸ਼ੌਕ ਸੀ ਉਹਨਾਂ ਉਸ ਤੋਂ ਬਾਅਦ ਜਦੋਂ 1912 ਦੇ ਵਿੱਚ ਗਦਰ ਪਾਰਟੀ ਦੀ ਗੱਲ ਹੋਣ ਲੱਗੀ ਕਿ ਗਦਰ ਪਾਰਟੀ ਬਣਨੀ ਆ ਤਾਂ ਬਾਬਾ ਜੀ ਹੋਰਾਂ ਨੇ ਗਦਰ ਪਾਰਟੀ ਦੇ ਵਿੱਚ ਵੀ ਹੁੰਮ ਹੁਮਾ ਕੇ ਹਿੱਸਾ ਲੈਣ ਦਾ ਫੈਸਲਾ ਲਿਆ ਪਰ ਜੋ ਵੀ ਇਤਿਹਾਸ ਤੁਸੀਂ ਪੜ੍ਹ ਹੀ ਲੈਣਾ ਬਾਕੀ ਗੂਗਲ ਤੋਂ ਵੀ ਪੜ੍ਹ ਲੈਣਾ ਤੁਸੀਂ ਮੁੱਕ ਦੀ ਗੱਲ ਇਹ ਆ ਕਿ 19 ਸਾਲ ਦੀ ਉਮਰ ਦੇ ਵਿੱਚ ਜਦੋਂ ਅੱਜ ਦਾ ਨੌਜਵਾਨ ਇਹ ਸੋਚਦਾ ਕਿ ਮੈਂ ਗਾਹਾਂ ਪੜ੍ਹਨਾ ਕੀ ਆ ਉਸ ਉਮਰ ਦੇ ਵਿੱਚ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੇ ਆਪਣੀ ਆਜ਼ਾਦੀ ਖਾਤਰ ਆਪਣੀ ਪੰਜਾਬੀਅਤ ਖਾਤਰ ਉਹਨਾਂ ਨੇ ਬਲੀਦਾਨ ਦੇਣਾ ਚੁਣਿਆ ਇਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਤਾਂ ਜੋ ਇਹਨਾਂ ਦੀਆਂ ਯਾਦਾਂ ਸਾਡੇ ਦੇ ਵਿੱਚ ਬਹੁਤ ਹੀ ਮੋਟੀਵੇਸ਼ਨ ਲੈ ਕੇ ਆਉਣ ਤੇ ਸਾਡੇ ਬੱਚਿਆਂ ਨੂੰ ਇੱਕ ਅਗਾਂਹ ਵਧੂ ਪ੍ਰੋਗਰੈਸਿਵ ਸੋਚ ਜਿਹੜੀ ਆ ਉਹ ਦੇਣ ਇਹੋ ਜਿਹੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਲੈਟਸ ਐਕਸਪਲੋਰ ਲੁਧਿਆਣਾ ਦੇ ਵਿੱਚ ਹਲੇ ਤੁਹਾਨੂੰ ਥਾਪਰ ਜੀ ਦਾ ਘਰ ਦਿਖਾਉਣਾ ਸੁਖਦੇਵ ਥਾਪਰ ਜੀ ਦਾ ਹੋਰ ਇਲਾਕੇ ਦਿਖਾਉਣੇ ਆ ਸਾਡੇ ਨਾਲ ਜੁੜੇ ਰਹੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਆਪਣੇ ਦੂਰ ਦੁਰਾਡੇ ਰਹਿੰਦੇ ਰਿਸ਼ਤੇਦਾਰਾਂ ਜਾਣਕਾਰਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦਗਾਰੀ ਦਿਖਾਉਣ ਲਈ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤੇ ਕੈਨੇਡਾ ਆਸਟ੍ਰੇਲੀਆ ਤੇ ਯੂਕੇ ਬੈਠੇ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸ਼ੇਅਰ ਕਰਨ ਲਈ ਚੜ੍ਹਦੀ ਕਲਾ ਚ ਰਹੋ